ਨਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਅਮਨ ਲੂਣਾ। ਕਰੋੜਾਂ ਦੇ ਅਮਰੂਦ ਬਾਗ ਮੁਆਵਜ਼ਾ ਘੁਟਾਲੇ ਦੇ ਵਿੱਚ ਜਿਹੜੀ ਈਡੀ ਵੱਲੋਂ ਕੱਲ੍ਹ ਰੇਡ ਕੀਤੀ ਗਈ ਸੀ ਅਤੇ ਅੱਜ ਈਡੀ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਹੋਇਆ ਸਾਫ਼ ਤੌਰ 'ਤੇ ਦੱਸ ਦਿੱਤਾ ਗਿਆ ਵੀ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ, ਸੂਤਰਾਂ ਦੇ ਹਵਾਲੇ ਤੋਂ ਕੱਲ੍ਹ ਤਰ੍ਹਾਂ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ, ਲੇਕਿਨ ਦੈਨਿਕ ਸਵੇਰਾ ਨੇ ਕੱਲ੍ਹ ਹੀ ਇਹਦੀ ਪੁਸ਼ਟੀ ਨਹੀਂ ਕੀਤੀ ਸੀ, ਗ੍ਰਿਫਤਾਰੀ ਦਿੱਤੀ। ਤੁਹਾਨੂੰ ਦੱਸ ਦਿੱਤਾ ਸੀਗਾ ਕਿ ਮਾਮਲਾ ਈਡੀ ਦੀ ਟੀਮ ਜਦੋਂ ਛਾਪੇਮਾਰੀ ਕਰਨ ਤੋਂ ਬਾਅਦ ਆਏਗੀ, ਬਾਹਰ ਆਏਗੀ, ਉਸ ਤੋਂ ਬਾਅਦ ਹੀ ਇਹਦਾ ਖੁਲਾਸਾ ਕੀਤਾ ਜਾ ਸਕੇਗਾ। ਤੁਹਾਨੂੰ ਦੱਸ ਦਈਏ, ਈਡੀ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਈਡੀ ਨੇ ਸਾਫ਼ ਤੌਰ 'ਤੇ ਦੱਸ ਦਿੱਤਾ ਹੈ ਕਿ ਪੰਜਾਬ ਦੇ ਬਠਿੰਡਾ, ਬਰਨਾਲਾ, ਪਟਿਆਲਾ, ਫਿਰੋਜ਼ਪੁਰ, ਮੋਹਾਲੀ ਅਤੇ ਇਲਾਵਾ ਚੰਡੀਗੜ੍ਹ 'ਚ ਜਿਹੜੀ ਰੇਡ ਕੀਤੀਆਂ ਗਈਆਂ ਸੀਗੀਆਂ ਅਤੇ ਇਹ ਰੇਡ ਜਿਹੜੇ ਕਿ ਪੰਜਾਬ ਐਕਸਾਈਜ਼ ਕਮਿਸ਼ਨਰ ਹੈ ਵਰੁਣ ਰੂਜਮ ਜੀ ਅਤੇ ਜਿਹੜੇ ਕਿ ਡੀਸੀ ਹੈਗੇ ਆ ਫਿਰੋਜ਼ਪੁਰ, ਉਹਨਾਂ ਦਾ ਨਾਮ ਹੈਗਾ ਜੀ ਰਜੇਸ਼ ਤਿਵਾਨ, ਇਹਨਾਂ ਦੇ ਦੋਨਾਂ ਦੇ ਰੇਡ ਕੀਤੀ ਗਈ ਸੀ ਘਰਾਂ 'ਚ, ਛਾਪੇਮਾਰੀ ਕੀਤੀ ਗਈ ਸੀ ਲਗਾਤਾਰ। ਅਤੇ ਤੁਹਾਨੂੰ ਦੱਸ ਦਈਏ, ਚੰਡੀਗੜ੍ਹ ਵਿੱਚ ਸਵੇਰੇ 7 ਵਜੇ ਵਰੁਣ ਰੂਜਮ ਦੇ ਘਰ ਈਡੀ ਦੀ ਟੀਮ 7 ਵਜੇ ਪਹੁੰਚ ਗਈ ਸੀ ਅਤੇ ਦੇਰ ਰਾਤ ਲਗਭਗ 11:25 ਦੇ ਬਾਹਰ ਨਿਕਲੀ ਗਈ ਹੈ। ਅਤੇ ਤੁਹਾਨੂੰ ਲਗਾਤਾਰ ਦੱਸ ਦਿੰਦੇ ਹਾਂ ਵੀ ਦੈਨਿਕ ਸਵੇਰਾ ਕੋਲ ਐਕਸਕਲੂਸਿਵ ਤਸਵੀਰਾਂ ਵੀ ਹੈ ਜਿਹੜੀ ਕਿ ਈਡੀ ਦੀ ਟੀਮ ਵਰੁਣ ਰੂਜਮ ਦੇ ਘਰੋਂ ਜਿਹੜੀ ਰਾਤ ਨੂੰ ਬਾਹਰ ਨਿਕਲਦੀ ਹੋਈ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ, ਲੇਕਿਨ ਈਡੀ ਵੱਲੋਂ ਸਾਫ਼ ਤੌਰ 'ਤੇ ਇਹ ਕਹਿ ਦਿੱਤਾ ਗਿਆ ਹੈ ਵੀ ਇਸ ਮਾਮਲੇ 'ਚ ਹਲੇ ਤੱਕ ਜਾਂਚ ਚੱਲ ਰਹੀ ਹੈ ਅਤੇ ਸੂਤਰਾਂ ਦੇ ਹਵਾਲੇ ਤੋਂ ਹੁਣ ਇਹ ਖਬਰ ਆ ਰਹੀ ਹੈ ਵੀ ਈਡੀ ਦੀ ਜਿਹੜੀ ਰੇਡ ਹੈ ਉਹ ਦੁਬਾਰਾ ਵੀ ਕੀਤੀ ਜਾ ਸਕਦੀ ਹੈ। ਅਤੇ ਤੁਹਾਨੂੰ ਮਾਮਲੇ ਦੀ ਇੱਕ ਅਹਿਮ ਗੱਲ ਦੱਸ ਦਿੰਦੇ ਹਾਂ, ਈਡੀ ਵੱਲੋਂ ਪ੍ਰੈਸ ਰਿਲੀਜ਼ ਜਿਹੜੀ ਇਹ ਜਾਰੀ ਕਰਦਿਆਂ ਹੋਇਆ ਇਹ ਸਾਫ਼ ਤੌਰ 'ਤੇ ਦੱਸ ਦਿੱਤਾ ਗਿਆ ਹੈ ਕਿ ਇਹ ਜਿਹੜੀ ਜਿਨ੍ਹਾਂ ਦੇ ਘਰ 'ਚ ਰੇਡ ਹੋਈਆਂ ਹੈ ਇਹਨਾਂ ਕੋਲੋਂ ਈਡੀ ਦੀ ਟੀਮ ਨੇ 3.99 ਕਰੋੜ ਦੀ ਜਿਹੜੀ ਰਕਮ ਹੈ ਉਹ ਰਿਕਵਰ ਕਰ ਲਈ ਗਈ ਹੈ, ਯਾਨੀ ਕਿ 3.99 ਕਰੋੜ ਰੁਪਇਆ ਈਡੀ ਵੱਲੋਂ ਬਰਾਮਦ ਕੀਤਾ ਗਿਆ ਜਿਹੜਾ ਕਿ ਈਡੀ ਵੱਲੋਂ ਸੀਜ਼ ਕਰ ਦਿੱਤਾ ਗਿਆ ਹੈ। ਅਤੇ ਤੁਹਾਨੂੰ ਦੱਸ ਦਿਆਂ ਇਸ ਤੋਂ ਇਲਾਵਾ ਪ੍ਰੋਪਰਟੀ ਦੇ ਡਾਕੂਮੈਂਟ, ਮੋਬਾਈਲ ਅਤੇ ਕੁਛ ਜਿਹੜੇ ਘੁਟਾਲਾ ਦਾ ਮਾਮਲਾ ਹੈ ਇਹਨੂੰ ਲੈ ਕੇ ਕੁਛ ਅਹਿਮ ਦਸਤਾਵੇਜ਼ ਵੀ ਈਡੀ ਵੱਲੋਂ ਬਰਾਮਦ ਕਰ ਲਏ ਗਏ ਹਨ। ਅਤੇ ਸੂਤਰਾਂ ਦੇ ਹੁਣ ਹਵਾਲੇ ਤੋਂ ਖਬਰ ਆ ਰਹੀ ਹੈ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਈਡੀ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਇਹ ਵੀ ਦੱਸਿਆ ਜਾ ਰਿਹਾ ਵੀ ਈਡੀ ਦੀ ਟੀਮ ਦੁਬਾਰਾ ਵੀ ਛਾਪੇਮਾਰੀ ਕਦੋਂ ਵੀ ਕਰ ਸਕਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਅਮਨ ਲੂਣਾ। ਕਰੋੜਾਂ ਦੇ ਅਮਰੂਦ ਬਾਗ ਮੁਆਵਜ਼ਾ ਘੁਟਾਲੇ ਦੇ ਵਿੱਚ ਜਿਹੜੀ ਈਡੀ ਵੱਲੋਂ ਕੱਲ੍ਹ ਰੇਡ ਕੀਤੀ ਗਈ ਸੀ ਅਤੇ ਅੱਜ ਈਡੀ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਹੋਇਆ ਸਾਫ਼ ਤੌਰ 'ਤੇ ਦੱਸ ਦਿੱਤਾ ਗਿਆ ਵੀ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ, ਸੂਤਰਾਂ ਦੇ ਹਵਾਲੇ ਤੋਂ ਕੱਲ੍ਹ ਤਰ੍ਹਾਂ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ, ਲੇਕਿਨ ਦੈਨਿਕ ਸਵੇਰਾ ਨੇ ਕੱਲ੍ਹ ਹੀ ਇਹਦੀ ਪੁਸ਼ਟੀ ਨਹੀਂ ਕੀਤੀ ਸੀ, ਗ੍ਰਿਫਤਾਰੀ ਦਿੱਤੀ। ਤੁਹਾਨੂੰ ਦੱਸ ਦਿੱਤਾ ਸੀਗਾ ਕਿ ਮਾਮਲਾ ਈਡੀ ਦੀ ਟੀਮ ਜਦੋਂ ਛਾਪੇਮਾਰੀ ਕਰਨ ਤੋਂ ਬਾਅਦ ਆਏਗੀ, ਬਾਹਰ ਆਏਗੀ, ਉਸ ਤੋਂ ਬਾਅਦ ਹੀ ਇਹਦਾ ਖੁਲਾਸਾ ਕੀਤਾ ਜਾ ਸਕੇਗਾ। ਤੁਹਾਨੂੰ ਦੱਸ ਦਈਏ, ਈਡੀ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਈਡੀ ਨੇ ਸਾਫ਼ ਤੌਰ 'ਤੇ ਦੱਸ ਦਿੱਤਾ ਹੈ ਕਿ ਪੰਜਾਬ ਦੇ ਬਠਿੰਡਾ, ਬਰਨਾਲਾ, ਪਟਿਆਲਾ, ਫਿਰੋਜ਼ਪੁਰ, ਮੋਹਾਲੀ ਅਤੇ ਇਲਾਵਾ ਚੰਡੀਗੜ੍ਹ 'ਚ ਜਿਹੜੀ ਰੇਡ ਕੀਤੀਆਂ ਗਈਆਂ ਸੀਗੀਆਂ ਅਤੇ ਇਹ ਰੇਡ ਜਿਹੜੇ ਕਿ ਪੰਜਾਬ ਐਕਸਾਈਜ਼ ਕਮਿਸ਼ਨਰ ਹੈ ਵਰੁਣ ਰੂਜਮ ਜੀ ਅਤੇ ਜਿਹੜੇ ਕਿ ਡੀਸੀ ਹੈਗੇ ਆ ਫਿਰੋਜ਼ਪੁਰ, ਉਹਨਾਂ ਦਾ ਨਾਮ ਹੈਗਾ ਜੀ ਰਜੇਸ਼ ਤਿਵਾਨ, ਇਹਨਾਂ ਦੇ ਦੋਨਾਂ ਦੇ ਰੇਡ ਕੀਤੀ ਗਈ ਸੀ ਘਰਾਂ 'ਚ, ਛਾਪੇਮਾਰੀ ਕੀਤੀ ਗਈ ਸੀ ਲਗਾਤਾਰ। ਅਤੇ ਤੁਹਾਨੂੰ ਦੱਸ ਦਈਏ, ਚੰਡੀਗੜ੍ਹ ਵਿੱਚ ਸਵੇਰੇ 7 ਵਜੇ ਵਰੁਣ ਰੂਜਮ ਦੇ ਘਰ ਈਡੀ ਦੀ ਟੀਮ 7 ਵਜੇ ਪਹੁੰਚ ਗਈ ਸੀ ਅਤੇ ਦੇਰ ਰਾਤ ਲਗਭਗ 11:25 ਦੇ ਬਾਹਰ ਨਿਕਲੀ ਗਈ ਹੈ। ਅਤੇ ਤੁਹਾਨੂੰ ਲਗਾਤਾਰ ਦੱਸ ਦਿੰਦੇ ਹਾਂ ਵੀ ਦੈਨਿਕ ਸਵੇਰਾ ਕੋਲ ਐਕਸਕਲੂਸਿਵ ਤਸਵੀਰਾਂ ਵੀ ਹੈ ਜਿਹੜੀ ਕਿ ਈਡੀ ਦੀ ਟੀਮ ਵਰੁਣ ਰੂਜਮ ਦੇ ਘਰੋਂ ਜਿਹੜੀ ਰਾਤ ਨੂੰ ਬਾਹਰ ਨਿਕਲਦੀ ਹੋਈ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ, ਲੇਕਿਨ ਈਡੀ ਵੱਲੋਂ ਸਾਫ਼ ਤੌਰ 'ਤੇ ਇਹ ਕਹਿ ਦਿੱਤਾ ਗਿਆ ਹੈ ਵੀ ਇਸ ਮਾਮਲੇ 'ਚ ਹਲੇ ਤੱਕ ਜਾਂਚ ਚੱਲ ਰਹੀ ਹੈ ਅਤੇ ਸੂਤਰਾਂ ਦੇ ਹਵਾਲੇ ਤੋਂ ਹੁਣ ਇਹ
ਇਹ ਖਬਰ ਆ ਰਹੀ ਹੈ ਵੀ ਈਡੀ ਦੀ ਜਿਹੜੀ ਰੇਡ ਹੈ ਉਹ ਦੁਬਾਰਾ ਵੀ ਕੀਤੀ ਜਾ ਸਕਦੀ ਹੈ। ਅਤੇ ਤੁਹਾਨੂੰ ਮਾਮਲੇ ਦੀ ਇੱਕ ਅਹਿਮ ਗੱਲ ਦੱਸ ਦਿੰਦੇ ਹਾਂ, ਈਡੀ ਵੱਲੋਂ ਪ੍ਰੈਸ ਰਿਲੀਜ਼ ਜਿਹੜੀ ਇਹ ਜਾਰੀ ਕਰਦਿਆਂ ਹੋਇਆ ਇਹ ਸਾਫ਼ ਤੌਰ 'ਤੇ ਦੱਸ ਦਿੱਤਾ ਗਿਆ ਹੈ ਕਿ ਇਹ ਜਿਹੜੀ ਜਿਨ੍ਹਾਂ ਦੇ ਘਰ 'ਚ ਰੇਡ ਹੋਈਆਂ ਹੈ ਇਹਨਾਂ ਕੋਲੋਂ ਈਡੀ ਦੀ ਟੀਮ ਨੇ 3.99 ਕਰੋੜ ਦੀ ਜਿਹੜੀ ਰਕਮ ਹੈ ਉਹ ਰਿਕਵਰ ਕਰ ਲਈ ਗਈ ਹੈ, ਯਾਨੀ ਕਿ 3.99 ਕਰੋੜ ਰੁਪਇਆ ਈਡੀ ਵੱਲੋਂ ਬਰਾਮਦ ਕੀਤਾ ਗਿਆ ਜਿਹੜਾ ਕਿ ਈਡੀ ਵੱਲੋਂ ਸੀਜ਼ ਕਰ ਦਿੱਤਾ ਗਿਆ ਹੈ। ਅਤੇ ਤੁਹਾਨੂੰ ਦੱਸ ਦਿਆਂ ਇਸ ਤੋਂ ਇਲਾਵਾ ਪ੍ਰੋਪਰਟੀ ਦੇ ਡਾਕੂਮੈਂਟ, ਮੋਬਾਈਲ ਅਤੇ ਕੁਛ ਜਿਹੜੇ ਘੁਟਾਲਾ ਦਾ ਮਾਮਲਾ ਹੈ ਇਹਨੂੰ ਲੈ ਕੇ ਕੁਛ ਅਹਿਮ ਦਸਤਾਵੇਜ਼ ਵੀ ਈਡੀ ਵੱਲੋਂ ਬਰਾਮਦ ਕਰ ਲਏ ਗਏ ਹਨ। ਅਤੇ ਸੂਤਰਾਂ ਦੇ ਹੁਣ ਹਵਾਲੇ ਤੋਂ ਖਬਰ ਆ ਰਹੀ ਹੈ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਈਡੀ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਇਹ ਵੀ ਦੱਸਿਆ ਜਾ ਰਿਹਾ ਵੀ ਈਡੀ ਦੀ ਟੀਮ ਦੁਬਾਰਾ ਵੀ ਛਾਪੇਮਾਰੀ ਕਦੋਂ ਵੀ ਕਰ ਸਕਦੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਅਮਨ ਲੂਣਾ। ਕਰੋੜਾਂ ਦੇ ਅਮਰੂਦ ਬਾਗ ਮੁਆਵਜ਼ਾ ਘੁਟਾਲੇ ਦੇ ਵਿੱਚ